ਪਹਾੜੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਬਾਰਿਸ਼ ਹੋਣ ਦੇ ਨਾਲ ਜਿਹੜਾ ਭਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ, ਰੋਪੜ ਤੋਂ ਜਿਹੜਾ ਪਾਣੀ ਛੱਡਿਆ ਗਿਆ ਹੈਗਾ ਵੈ, ਉਹ ਹਰੀਕੇ ਹੈਡ 'ਚ ਜਿਹੜਾ ਪਾਣੀ ਇਕੱਠਾ ਹੋਇਆ ਵੈ। ਇਸ ਟਾਈਮ ਅਸੀਂ ਹਰੀਕੇ ਹੈਡ 'ਤੇ ਪਾਣੀ ਖੜ੍ਹੇ ਹੋਏ ਹਾਂ। ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹੁੰਦਾ ਕਿ ਇਸ ਟਾਈਮ ਜਿਹੜਾ ਪਾਣੀ ਛੱਡਿਆ ਗਿਆ ਹੋਇਆ 1,05,000 ਕਿਊਸੀ ਦੇ ਕਰੀਬ ਜਿਹੜਾ ਪਾਣੀ ਜਿਹੜਾ ਛੱਡਿਆ ਗਿਆ ਹੋਇਆ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਦਰ ਹੈ ਉਹ ਖੋਲ੍ਹੇ ਗਏ ਹੋਏ ਨੇ। ਇਹ ਜਿਹੜਾ ਸਤਲੁਜ ਦਰਿਆ ਦੇ ਵਿੱਚ ਜਿਹੜਾ ਹਰੀਕੇ ਹੈਡ ਤੋਂ ਜਿਹੜਾ ਪਾਣੀ ਛੱਡਿਆ ਗਿਆ, ਅੱਗੇ ਜਿਹੜਾ ਇਹ ਜਾ ਰਿਹਾ ਹੈਗਾ ਵੈ ਸਤਲੁਜ ਦਰਿਆ ਦੇ ਵਿੱਚ। ਸਤਲੁਜ ਦਰਿਆ ਤੋਂ ਅੱਗੇ ਜਿਹੜਾ ਹੁਸੈਨੀ ਵਾਲਾ ਹੈਡ ਹੈਗਾ ਵੈ, ਉੱਥੋਂ ਜਿਹੜਾ ਇਹ ਪਾਣੀ ਜਿਹੜਾ ਛੱਡਿਆ ਜਾ ਰਿਹਾ ਹੈਗਾ ਪਾਕਿਸਤਾਨ ਦੇ ਵੱਲ। ਅਤੇ ਪਾਣੀ ਜਿਹੜਾ ਹੈਗਾ ਵੈ ਪਿੱਛੋਂ ਕਾਫੀ ਤੇਜ਼ ਬਹਾਵ ਦੇ ਨਾਲ ਜਿਹੜਾ ਆ ਰਿਹਾ ਹੈ। ਲੁਧਿਆਣਾ ਦੇ ਵਿੱਚ, ਜਲੰਧਰ ਦੇ ਵਿੱਚ ਕਈ ਜਿਹੜੇ ਆ ਸਤਲੁਜ ਦੇ ਜਿਹੜੇ ਬੰਨ ਹੈਗੇ ਆ ਉਹ ਟੁੱਟੇ ਹੈਗੇ ਆ, ਜਿਹਦੇ ਨਾਲ ਕਈ ਪਿੰਡਾਂ ਦੇ ਵਿੱਚ ਪਾਣੀ ਵੀ ਚਲਾ ਗਿਆ ਹੈਗਾ ਵੈ। ਫਿਰ ਉਹ ਜੇ ਸਤਲੁਜ ਦਰਿਆ ਦੀ ਗੱਲ ਕਰੀਏ ਤਾਂ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈਗਾ, ਤੇਜ਼ ਬਹਾਵ ਹੈਗਾ ਵੈ। ਸਾਡੇ ਨਾਲ ਅਸੀਂ ਹਰੀਕੇ ਹੈੱਡ ਖੜ੍ਹੇ ਹਾਂ, ਸਾਡੇ ਨਾਲ ਜਿਹੜੇ ਨਹਿਰੀ ਵਿਭਾਗ ਦੇ SDO ਹੈਗੇ ਆ ਹਰੀਕੇ ਹੈੱਡ ਦੇ ਹੈਗੇ ਨੇ ਮੁਕੇਸ਼ ਗੋਇਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੰਨਾ ਪਾਣੀ ਇਸ ਟਾਈਮ ਜਿਹੜਾ ਪਿੱਛੋਂ ਆ ਰਿਹਾ ਹੈਗਾ ਅਤੇ ਕਿੰਨਾ ਛੱਡ ਰਿਹਾ। ਸਰ, ਕਿੰਨਾ ਪਾਣੀ ਪਿੱਛੋਂ ਆ ਰਿਹਾ ਹੈਗਾ ਵੈ ਅਤੇ ਕਿੰਨਾ ਇਸ ਟਾਈਮ ਜਿਹੜਾ ਛੱਡਿਆ ਜਾ ਰਿਹਾ ਹੈਗਾ? ਇਸ ਟਾਈਮ ਸਾਡੇ ਕੋਲ ਤਕਰੀਬਨ 1,15,000 ਪਾਣੀ ਆ ਰਿਹਾ ਅਤੇ 1,05,000 ਅਸੀਂ ਥੱਲੇ ਜਾ ਰਹੇ ਹਾਂ ਅਤੇ 10,000 ਜਿਹੜਾ ਪਾਣੀ ਸਾਡਾ ਨਹਿਰਾਂ ਦੇ ਵਿੱਚ ਜਾ ਰਿਹਾ ਜੀ। ਅਤੇ ਹੋਰ ਕਿੰਨੀ ਕੁ ਪਿੱਛੇ ਆਉਣ ਦੀ ਸੰਭਾਵਨਾ ਹੈਗੀ ਹਲੇ? ਜਿਹੜਾ ਰੋਪੜ ਤੋਂ ਪਾਣੀ ਛੱਡਿਆ ਕੱਲ੍ਹ, ਉਹਨਾਂ ਮੋਰਨਿੰਗ ਛੱਡਿਆ ਸੀ, ਮੋਰਨਿੰਗ 4 ਵਜੇ ਤੋਂ ਲੈ ਕੇ 11-12 ਵਜੇ ਤੱਕ ਛੱਡਿਆ ਸੀਗਾ, ਉਹ ਸਾਡੇ ਕੋਲ ਅੱਜ ਸ਼ਾਮ ਨੂੰ ਪਹੁੰਚਣ ਦੀ ਉਮੀਦ ਹੈ ਅਤੇ ਲਗਭਗ ਤਕਰੀਬਨ 1.5-2 ਲੱਖ ਤੋਂ ਪਲੱਸ ਮਾਈਨਸ ਇਹਦੇ ਪਾਣੀ ਛੱਡਿਆ ਜਿਹੜਾ ਉੱਪਰੋਂ ਆ ਸਕਦਾ ਸਾਡੇ ਕੋਲ। ਇਹ ਜਿਹੜੀ ਕਲਾਲੀ ਹੈ ਸਰ ਸਾਡੀ ਪਹਾੜੀ ਇਲਾਕੇ ਦੇ ਵਿੱਚ, ਜਿਹੜੀ ਇੱਕ ਮਤਲਬ ਕਾਰਨ ਇਹੀ ਹੈ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਹੈ? ਹਾਂ, ਲਗਾਤਾਰ ਬਾਰਿਸ਼ ਹੋਣ ਕਰਕੇ ਉਸ ਜਿਹੜਾ ਪਾਣੀ ਜਿਹੜਾ ਆ ਰਿਹਾ ਲਗਾਤਾਰ ਬਾਰਿਸ਼ ਹੋਣ ਕਰਕੇ ਹੈ। ਅਤੇ ਰਾਤ ਨੂੰ ਵੀ ਛੱਡਿਆ ਗਿਆ ਸੀ ਪਾਣੀ? ਡੇ ਐਂਡ ਨਾਈਟ ਚੱਲ ਰਿਹਾ ਪਾਣੀ ਉੱਦਾਂ ਹੀ ਜੀ। ਬਿਲਕੁਲ, ਜਿਹੜਾ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਸਵੇਰ ਅਤੇ ਰਾਤ ਨੂੰ ਦੋਵੇਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈਗਾ, 1,05,000 ਕਿਊਸਿਕ ਦੇ ਕਰੀਬ ਜਿਹੜਾ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ। ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈਗਾ ਵੈ, ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜਾ ਪਾਣੀ ਵੱਧ ਰਿਹਾ ਹੈਗਾ। ਬਿਲਕੁਲ ਸਰ, ਅਤੇ ਸਾਡਾ ਜਿਹੜਾ ਸਟਾਫ 24 ਆਵਰ ਜਿਹੜਾ ਇੱਥੇ ਹੈੱਡ ਦੇ ਉੱਤੇ ਰਹਿੰਦਾ, 24 ਆਵਰ ਸਾਰਾ ਸਟਾਫ ਜਿਹੜਾ ਵਰਕ ਕਰ ਰਿਹਾ ਪੂਰਾ। ਰਾਤ ਨੂੰ ਸਰ ਇੱਥੇ ਪ੍ਰੋਪਰ ਦੇਖਿਆ ਜਾ ਰਿਹਾ? ਡੇ ਐਂਡ ਨਾਈਟ ਪ੍ਰੋਪਰ ਸਾਰਾ ਸਟਾਫ ਇਹਦੇ ਔਨ ਡਿਊਟੀ ਹੈ ਸਾਡਾ ਸਰ। ਬਿਲਕੁਲ ਸਰ ਦਾ ਕਹਿਣਾ ਹੈਗਾ ਵੈ ਕਿ ਜਿਹੜਾ ਰਾਤ ਨੂੰ ਵੀ ਜਿਹੜਾ ਇੱਥੇ ਪੂਰਾ ਦੇਖਿਆ ਜਾ ਰਿਹਾ ਹੈਗਾ ਕਿ ਪਾਣੀ ਦਾ ਪੱਧਰ ਜੇ ਵੱਧ ਰਿਹਾ ਹੈਗਾ ਅਤੇ ਉਸ ਹਿਸਾਬ ਨਾਲ ਜਿਹੜਾ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈਗਾ। ਜਿਹੜਾ ਹੁਣ ਜਿਹੜਾ ਪਾਣੀ ਦਾ ਪੱਧਰ ਲਗਾਤਾਰ ਵਧਣਾ ਸ਼ੁਰੂ ਹੋ ਗਿਆ ਵੈ, ਫਿਰੋਜ਼ਪੁਰ ਦੀ ਜੇ ਗੱਲ ਕਰੀਏ, ਫਿਰੋਜ਼ਪੁਰ ਤੋਂ ਜਿਹੜਾ ਪਾਣੀ ਹੈਗਾ ਵੈ ਪ੍ਰਸ਼ਾਸਨ ਲਗਾਤਾਰ ਲੋਕ ਜਿਹੜਾ ਪਿੰਡ ਵਾਸੀਆਂ ਨੂੰ 52 ਦੇ ਕਰੀਬ ਜਿਹੜਾ ਫਿਰੋਜ਼ਪੁਰ ਦੇ ਵਿੱਚ ਜਿਹੜੇ ਪਿੰਡ ਹੈਗੇ ਆ ਜਿਹੜੇ ਸੈਂਸਿਟਿਵ ਹੈਗੇ ਆ ਉਹਨਾਂ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਸੀ, ਪਰ ਜਿਹੜੇ ਪਿੰਡ ਵਾਸੀ ਹੈਗੇ ਆ ਉਹ ਆਪਣਾ ਪਿੰਡ ਜਿਹੜਾ ਛੱਡਣਾ ਨਹੀਂ ਚਾਹੁੰਦੇ ਹੈਗੇ ਹਲੇ। ਲੇਕਿਨ ਫਿਰ ਵੀ ਪ੍ਰਸ਼ਾਸਨ ਲਗਾਤਾਰ ਅਪੀਲ ਕਰ ਰਿਹਾ ਹੈਗਾ ਵੈ, ਪਾਣੀ ਲਗਾਤਾਰ ਵੱਧ ਰਿਹਾ, ਖੇਤਾਂ ਵੱਲ ਜਾ ਰਿਹਾ ਹੈਗਾ ਵੈ। ਕਿਸਾਨਾਂ ਨੂੰ ਚਿੰਤਾ ਬਣੀ ਹੋਈ ਹੈ ਕਿ ਪਾਣੀ ਸਾਡੇ ਆਉਣ ਦੇ ਨਾਲ ਜਿਹੜੇ ਖੇਤਾਂ ਦੇ ਵਿੱਚ ਵੜ ਸਕਦਾ ਅਤੇ ਨੁਕਸਾਨ ਸਾਡੀਆਂ ਫਸਲਾਂ ਦਾ ਹੋ ਸਕਦਾ। ਕੈਮਰਾ ਪਰਸਨ ਸ਼ਮਸ਼ੇਰ ਦੇ ਨਾਲ ਸਨੀ ਚੋਪੜਾ, ਲਿਵਿੰਗ ਇੰਡੀਆ ਨਿਊਜ਼, ਫਿਰੋਜ਼ਪੁਰ।